ਖਡੂਰ ਸਾਹਿਬ ਦੇ ਨਾਗੋਕੇ ਪਿੰਡ ਖੇਡ ਸਟੇਡੀਅਮ 'ਚ ਸਵਰਗੀ ਅਜੈਬ ਸਿੰਘ ਦੀ ਯਾਦ ਵਿੱਚ ਮਿਕਸ ਸ਼ਿਕਾਰੀ ਕੁੱਤਿਆਂ ਦੀਆਂ ਟਰੈਕ ਦੌੜਾਂ ਕਰਵਾਈਆਂ ਗਈਆਂ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕ ਆਪਣੇ ਸ਼ਿਕਾਰੀ ਕੁੱਤਿਆਂ ਨੂੰ ਲੈ ਕੇ ਪੁੱਜੇ ਅਤੇ ਇਸ ਖੇਡ ਮੇਲੇ ਦੀ ਸ਼ੁਰੂਆਤ 'ਚ ਘੋੜੀਆਂ ਦੇ ਨਾਚ ਕਰਵਾਏ ਗਏ, ਜਿਸ ਨੂੰ ਦੇਖ ਕੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਹਨਾਂ ਦੌੜਾਂ ਵਿੱਚ USA ਤੋਂ ਪ੍ਰਦਰਸ਼ਨ ਕਰਕੇ ਆਏ ਕੁੱਤਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਪਹਿਲੇ, ਦੂਜੇ ਤੇ ਤੀਜੇ ਜੇਤੂ ਰਹਿਣ ਵਾਲੇ ਕੁੱਤਿਆਂ ਦੇ ਮਾਲਕਾਂ ਨੂੰ ਪ੍ਰਬੰਧਕਾਂ, NRI ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਡੇ ਨਗਦੀ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੇਰਾ ਨਾਮ ਰਿਪੀ ਹੈ ਜੀ। ਕਿੱਥੋਂ ਆਏ ਹੋ? ਜਲੰਧਰ ਲਾਗੇ ਪਿੰਡ ਅਲੀਪੁਰਾ ਜੀ। ਅੱਛਾ, ਤੁਹਾਡੇ ਕੁੱਤੇ ਨੇ ਅੱਜ ਇੱਥੇ ਪਹਿਲਾ ਸਥਾਨ ਹਾਸਲ ਕੀਤਾ, ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜੀ? ਬਹੁਤ ਖੁਸ਼ੀ ਹੈ ਜੀ। ਤੁਹਾਡਾ ਕੁੱਤਾ ਤੇ ਮਤਲਬ ਹੁਣ ਕੀ ਖੁਰਾਕ ਹੈ ਤੁਹਾਡੀ ਕੁੱਤੇ ਦੀ? ਕੁੱਤੇ ਦੀ ਤਾਂ ਆਮ ਜਿਹੜੀ ਖੁਰਾਕ ਸਾਰੇ ਪਾਉਂਦੇ ਉਹੀ ਪਾਉਂਦਾ ਮੈਂ, ਮੀਟ ਮੂਟੀ ਪਾਉਂਦੇ ਆ ਜੀ ਇਹਨਾਂ ਨੂੰ। ਹੁਣ ਤੱਕ ਇਹ ਤੁਹਾਡਾ ਕੁੱਤਾ ਇਹ ਪੰਜਾਬ 'ਚ ਪ੍ਰਦਰਸ਼ਨ ਕੀਤਾ ਕਿਤੇ ਬਾਹਰ ਵੀ ਕਿਤੇ ਜਾ ਕੇ? ਇਹ USA ਤੋਂ ਆਇਆ ਜੀ ਕੁੱਤਾ ਇਹ। ਅੱਛਾ ਜੀ। ਤੇ ਉੱਥੇ ਭੱਜਦਾ ਸੀਗਾ ਤਾਂ ਮੁੜ ਕੇ ਇੱਥੇ ਲਿਆ ਕੇ ਭਜਾਇਆ ਤੇ ਪਿਛਲੇ ਸਾਲ ਆਇਆ ਸੀਗਾ। ਤੁਹਾਨੂੰ ਪ੍ਰਬੰਧ ਕਿੱਦਾਂ ਲੱਗਾ ਤੁਹਾਡਾ? ਬਹੁਤ ਵਧੀਆ ਪ੍ਰਬੰਧ ਆ ਜੀ ਤੇ ਬਹੁਤ ਬਹੁਤ ਧੰਨਵਾਦੀ ਆ ਜੀ ਆ ਕਮੇਟੀ ਵਾਲਿਆਂ ਦੇ ਜਿਹਨਾਂ ਟੂਰਨਾਮੈਂਟ ਕਰਾਇਆ, ਸਾਰੇ ਵੀਰਾਂ ਦਾ ਥੈਂਕ ਯੂ ਆ ਜੀ। ਸਾਡੇ ਵੀਰ ਆ ਮਹਾਵੀਰ ਕਾਲਾ ਬਾਈ, ਲਾਲੀ ਬਾਈ, ਛੇ ਬਾਈ ਸਾਰੇ ਵੀਰਾਂ ਥੈਂਕ ਯੂ ਜੀ ਬਹੁਤ ਬਹੁਤ। ਸੁੱਖ ਬਾਈ, ਹਾਂਜੀ ਸੁੱਖ ਬਾਈ ਖਡੂਰ ਸਾਹਿਬ ਤੋਂ ਜੀ, ਉਹਨੇ ਸੁੱਖ ਨੇ ਲੈ ਕੇ ਦਿੱਤਾ ਸੀ ਇਹ ਕੁੱਤਾ ਪਿਛਲੇ ਸਾਲ। ਸਾਡੇ ਕੋਲ ਇਹਦਾ ਭਾਈ ਹੈ ਜੀ, ਦੋਵੇਂ ਇਕੱਠੇ ਲਏ ਸੀ। ਅੱਜ ਬੜੀ ਖੁਸ਼ੀ ਹੋਈ ਜੀ ਕੁੱਤਾ ਫਸਟ ਆਇਆ ਸੀ। ਸਵੇਰਾ ਟਾਈਮਸ ਲਈ ਖਡੂਰ ਸਾਹਿਬ ਤੋਂ ਰਵੀ ਖਹਿਰਾ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।